ਦੱਸ ਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਮਸਜਿਦ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਵੇਂ ਅਸਮਾਨ ਤੱਕ ਅੱਗ ਦੀਆਂ ਲਪਟਾਂ ਪਹੁੰਚੀਆਂ ਹੋਈਆਂ ਨੇ। ਤਾਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਹ ਵੱਡੀ ਘਟਨਾ ਹੋਈ ਹੈ ਜਿੱਥੇ ਹਾਦਸੇ ਤੋਂ ਬਾਅਦ ਦਮਕਲ ਵਿਭਾਗ ਦੀ ਟੀਮ ਵੀ ਪਹੁੰਚਦੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਭਿਆਨਕ ਅੱਗ ਨੇ ਮਸਜਿਦ ਨੂੰ ਘੇਰ ਰੱਖਿਆ। ਤਾਂ ਪੂਰੀ ਤਰੀਕੇ ਦੇ ਨਾਲ ਇਹ ਮਸਜਿਦ ਸੜ ਜਾਂਦੀ ਹੈ। ਤਾਂ ਮੌਕੇ 'ਤੇ ਲੋਕ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ। ਤਾਂ ਭਰੇ ਹੋਏ ਬਾਜ਼ਾਰ ਦੇ ਵਿੱਚ ਇਹ ਅੱਗ ਲੱਗੀ ਹੈ ਅਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਮੌਕੇ 'ਤੇ ਦਮਕਲ ਵਿਭਾਗ ਵੀ ਪਹੁੰਚਦਾ, ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਕਿੰਨੀ ਭਿਆਨਕ ਇਹ ਅੱਗ ਸੀ। ਤਾਂ ਦੂਰ ਤੱਕ ਇਸਦਾ ਸੇਕਾ ਲੋਕਾਂ ਨੂੰ ਮਹਿਸੂਸ ਹੁੰਦਾ ਹੈ। ਤਾਂ ਮਸਜਿਦ ਨੂੰ ਅੱਗ ਲੱਗੀ ਸੀ, ਭਿਆਨਕ ਅੱਗ ਸੀ ਜਿਸ ਦੇ ਵਿੱਚ ਮਸਜਿਦ ਨੂੰ ਕਾਫੀ ਨੁਕਸਾਨ ਪਹੁੰਚਿਆ। ਤਾਂ ਸੜ ਚੁੱਕੀ ਹੈ ਬਿਲਕੁਲ ਇਹ ਮਸਜਿਦ, ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਕਿ ਮਸਜਿਦ ਨੂੰ ਇਹ ਭਿਆਨਕ ਅੱਗ ਲੱਗੀ ਹੈ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਮਸਜਿਦ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਵੇਂ ਅਸਮਾਨ ਤੱਕ ਅੱਗ ਦੀਆਂ ਲਪਟਾਂ ਪਹੁੰਚੀਆਂ ਹੋਈਆਂ ਨੇ। ਤਾਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਹ ਵੱਡੀ ਘਟਨਾ ਹੋਈ ਹੈ ਜਿੱਥੇ ਹਾਦਸੇ ਤੋਂ ਬਾਅਦ ਦਮਕਲ ਵਿਭਾਗ ਦੀ ਟੀਮ ਵੀ ਪਹੁੰਚਦੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਭਿਆਨਕ ਅੱਗ ਨੇ ਮਸਜਿਦ ਨੂੰ ਘੇਰ ਰੱਖਿਆ। ਤਾਂ ਪੂਰੀ ਤਰੀਕੇ ਦੇ ਨਾਲ ਇਹ ਮਸਜਿਦ ਸੜ ਜਾਂਦੀ ਹੈ। ਤਾਂ ਮੌਕੇ 'ਤੇ ਲੋਕ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ। ਤਾਂ ਭਰੇ ਹੋਏ ਬਾਜ਼ਾਰ ਦੇ ਵਿੱਚ ਇਹ ਅੱਗ ਲੱਗੀ ਹੈ ਅਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਮੌਕੇ 'ਤੇ ਦਮਕਲ ਵਿਭਾਗ ਵੀ ਪਹੁੰਚਦਾ, ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਕਿੰਨੀ ਭਿਆਨਕ ਇਹ ਅੱਗ ਸੀ। ਤਾਂ ਦੂਰ ਤੱਕ ਇਸਦਾ ਸੇਕਾ ਲੋਕਾਂ ਨੂੰ ਮਹਿਸੂਸ ਹੁੰਦਾ ਹੈ। ਤਾਂ ਮਸਜਿਦ ਨੂੰ ਅੱਗ ਲੱਗੀ ਸੀ, ਭਿਆਨਕ ਅੱਗ ਸੀ ਜਿਸ ਦੇ ਵਿੱਚ ਮਸਜਿਦ ਨੂੰ ਕਾਫੀ ਨੁਕਸਾਨ ਪਹੁੰਚਿਆ। ਤਾਂ ਸੜ ਚੁੱਕੀ ਹੈ ਬਿਲਕੁਲ ਇਹ ਮਸਜਿਦ, ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਕਿ ਮਸਜਿਦ ਨੂੰ ਇਹ ਭਿਆਨਕ ਅੱਗ ਲੱਗੀ ਹੈ।